ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ ਸਿੱਖ ਯੂਥ ਵਿੱਚ। ਮੈਂ ਹਾਂ ਅਵਨੀਤ ਕੌਰ। ਅੱਜ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਹਾਂ, ਉਹ ਇੱਕ ਇਹੋ ਜਿਹੀ ਸ਼ਖਸੀਅਤ ਹੈ ਜੋ ਕਿਸੇ ਨਾਮ ਦੀ ਕਿਸੇ ਤਾਰੁਫ ਦੀ ਮੁਹਤਾਜ ਨਹੀਂ ਹੈ। ਡਾਕਟਰ ਪੁਨਪ੍ਰੀਤ ਸਿੰਘ, ਜੋ ਜੋਬਸ ਵਾਸ ਸਿਕਸ ਕਰਕੇ ਜਾਣੇ ਜਾਂਦੇ ਨੇ, ਅਤੇ ਇਹੋ ਜਿਹੇ ਬਹੁਤ ਸਾਰੇ ਨੌਜਵਾਨ, ਸਿੱਖ ਨੌਜਵਾਨ, ਬਹੁਤ ਸਾਰੇ ਅਨਇੰਪਲੋਇਮੈਂਟ ਨੌਜਵਾਨ ਸਨ ਜਿਨ੍ਹਾਂ ਨੂੰ ਇਹਨਾਂ ਨੇ ਇੰਪਲੋਇਮੈਂਟ ਦਵਾਈ, ਅਤੇ ਅੱਜ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਏ ਨੇ। ਆਓ ਅਸੀਂ ਮੁਲਾਕਾਤ ਕਰਦੇ ਹਾਂ ਡਾਕਟਰ ਪੁਨਪ੍ਰੀਤ ਸਿੰਘ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਨਪ੍ਰੀਤ ਜੀ, ਪਹਿਲੇ ਤਾਂ ਆਪਣੇ ਬਾਰੇ ਦੱਸੋ, ਤੁਹਾਡਾ ਡਾਕਟਰ ਪੁਨਪ੍ਰੀਤ ਸਿੰਘ ਦਾ ਜੋਬਸ ਫੋਰ ਸਿੱਖ ਤੱਕ ਤੋਂ ਆਉਣ ਦਾ ਸਫ਼ਰ ਕਿਉਂ ਸਟਾਰਟ ਹੋਇਆ, ਕੀ ਮਕਸਦ ਰਿਹਾ ਇਸ ਪ੍ਰੋਗਰਾਮ ਸਟਾਰਟ ਕਰਨ ਦਾ? ਮੈਂ ਖੁਦ ਕਾਰਪੋਰੇਟ ਵਰਲਡ ਨੂੰ ਬਿਲੋਂਗ ਕਰਦਾ ਐਂਡ ਮੇਰੀ ਈਵਨ ਡਾਕਟਰੇਟ ਵੀ ਮੈਨੇਜਮੈਂਟ 'ਚ ਹੈ। ਜਦੋਂ ਅਸੀਂ ਲੋਕ ਅਸੀਂ ਟਰੱਸਟ ਰਨ ਕਰਦੇ ਹਾਂ ਹੈਲਪਿੰਗ ਹੈਂਡ ਚੈਰੀਟੇਬਲ ਟਰੱਸਟ ਦੇ ਨਾਂ ਤੋਂ, ਉਹਦੇ ਅੰਦਰ ਅਲੱਗ ਅਲੱਗ ਸਾਡੇ ਪ੍ਰੋਜੈਕਟਸ ਨੇ, ਜਿਵੇਂ ਫੀਮੇਲ ਫਿਟੀਸਾਈਡ 'ਤੇ, ਐਜੂਕੇਸ਼ਨ 'ਤੇ, ਬੱਚਿਆਂ ਦੇ, ਗਰੀਬ ਘਰ ਦੇ ਜਿਹੜੇ ਹੈਗੇ ਉਹਨਾਂ ਦੇ ਵਿਆਹਾਂ ਦੇ। ਸੋ ਵੀ ਯੂਜ਼ ਟੂ ਡੂ ਆਲ ਦਿਸ ਸਲੋਲੀ ਐਂਡ ਗ੍ਰੇਜਲੀ। ਜਿਵੇਂ ਜਿਵੇਂ ਅਸੀਂ ਜਿੱਥੇ ਜਿੱਥੇ ਕੈਂਪਸ ਲਾਉਂਦੇ ਸਾਂ, ਸਾਡੇ ਕੋਲ ਯੂਥ ਆ ਕੇ ਬੋਲਦਾ ਸੀ, ਭਾਅ ਜੀ ਸਾਡੇ ਲਈ ਨੌਕਰੀਆਂ ਦਾ ਕੁਝ ਕਰ ਸਕਦੇ ਹੋ? ਇਸ ਗੱਲ ਨੂੰ ਅੱਜ ਕੋਈ ਮੈਂ 3 ਸਾਲ ਪਹਿਲੇ ਨਹੀਂ ਦੱਸਾਂਗਾ, ਉਸ ਸਮੇਂ ਸਾਨੂੰ ਇਹ ਸਮਝ ਨਹੀਂ ਆਉਂਦਾ ਸੀ ਅਸੀਂ ਸ਼ੁਰੂ ਕਿੱਥੋਂ ਕਰੀਏ, ਕਿਉਂਕਿ ਬੜਾ ਵੱਡਾ ਪਲੈਟਫਾਰਮ ਹੈ, ਵਾਸਟ ਹੈ, ਔਰ ਬੜੇ ਸਾਰੇ ਇਸ ਵਿੱਚ ਆਪ 'ਤੇ ਦੇਖਿਆ ਜਾਏ ਤਾਂ ਸੈਕਟਰਸ ਆ ਜਾਂਦੇ ਹਨ। ਔਰ ਸਾਨੂੰ ਇੱਕ ਪ੍ਰੋਬਲਮ ਆਉਂਦੀ ਸੀ ਕਿ ਜਿਹੜਾ ਯੂਥ ਸਾਡੇ ਕੋਲ ਜ਼ਿਆਦਾ ਆਉਂਦਾ ਹੈ ਉਹ ਜ਼ਿਆਦਾਤਰ 10ਵੀਂ 12ਵੀਂ ਪੜ੍ਹਿਆ ਆਉਂਦਾ ਸੀ। ਪੜ੍ਹਿਆ ਲਿਖਿਆ ਜਿਹੜਾ ਹੈਗਾ ਉਹ ਕਿੱਥੇ ਨਾ ਕਿੱਥੇ ਕਿਸੇ ਤਰੀਕੇ ਨੌਕਰੀ ਤਾਂ ਵੀ ਢੂੰਡ ਸਕਦਾ, ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਸਕਿੱਲ ਕਿਵੇਂ ਲੈਣਾ ਜਾਂ ਇਹ ਕਿੱਥੇ ਕੰਮ ਕਰ ਸਕਦੇ ਹਨ। ਸੋ ਕਰਦੇ ਕਰਾਉਂਦੇ 2-3 ਸਾਲ ਐਵੇਂ ਹੀ ਬੀਤੇ, ਅਸੀਂ ਕਿੱਥੇ ਡੋਮੇਨ ਹੀ ਖਰੀਦਿਆ ਸੀ ਜੋਬਸ ਫੋਰ ਸਿਕਸ ਕਰਕੇ, ਇਹ ਗੁਰੂ ਪਾਤਸ਼ਾਹ ਆਪੇ ਕਰਾਉਂਦੇ ਹਨ ਕਿੱਥੇ, ਅਤੇ 3 ਸਾਲ ਐਵੇਂ ਇਹ ਡੋਮੇਨ ਪਿਆ ਰਿਹਾ। ਇੱਕ ਦਿਨ ਬੈਠੇ ਬੈਠੇ ਰਿਨੂਅਲ ਦਾ ਟਾਈਮ ਆਇਆ ਅਤੇ ਇਹ ਡੋਮੇਨ ਸਾਹਮਣੇ ਆਇਆ, ਅਤੇ ਉਸ ਦਿਨ ਬੈਠੇ ਅਸੀਂ ਤਾਂ ਪਲਾਨ ਕੀਤਾ ਵੀ ਕਿਉਂ ਨਾ ਅਸੀਂ ਇਹਦੇ ਅੰਡਰ ਇੱਕ ਵਰਕਿੰਗ ਸ਼ੁਰੂ ਕਰੀਏ। ਅਸੀਂ ਇਹਦੀ ਵੈਬਸਾਈਟ ਕ੍ਰੀਏਟ ਕੀਤੀ, ਵੈਬਸਾਈਟ ਦੇ ਨਾਲ ਨਾਲ ਅਸੀਂ ਫੇਸਬੁੱਕ ਪੇਜ ਕ੍ਰੀਏਟ ਕੀਤਾ, ਪਲੈਟਫਾਰਮ ਓਪਨ ਰੱਖਿਆ ਕਿ ਅਗਰ ਆਪ ਇੰਪਲੋਇਰ ਹੋ ਤਾਂ ਇੰਪਲੋਇਰ ਵੱਖ ਤੁਸੀਂ ਉਸ 'ਤੇ ਲੌਗਇਨ ਕਰੋ ਅਤੇ ਉੱਥੇ ਜੋਬਸ ਪਾਓ, ਔਰ ਜੇ ਆਪ ਨੌਕਰੀ ਢੂੰਡ ਰਹੇ ਹੋ ਤਾਂ ਐਸ ਜੋਬ ਸੀਕਰ ਉੱਥੇ ਕਰੋ, ਔਰ ਫਿਰ ਐਸਾ ਕੈਂਡੀਡੇਟ ਕਰਕੇ ਆਪਣਾ ਰਿਜ਼ਿਊਮੇ ਪਾਓ। ਹੁਣ ਸਾਨੂੰ ਇਸ਼ੂ ਇਹ ਆਉਣ ਲੱਗ ਪਿਆ ਕਿ ਨੌਕਰੀਆਂ ਦੇ ਰਿਜ਼ਿਊਮੇਸ ਤਾਂ ਸਾਡੇ ਕੋਲ ਬਹੁਤ ਆਉਂਦੇ ਸੀ, ਬਟ ਜਦੋਂ ਅਸੀਂ ਉਸਦੇ ਉੱਤੇ ਜਾ ਕੇ ਦੇਖੀਏ ਤਾਂ ਇੰਪਲੋਇਰਸ ਜੋਬ ਘੱਟ ਪਾਉਂਦੇ ਸੀ। ਉਹ ਕਰਦੇ ਕੀ ਸੀ ਕਿ ਉਹ ਜੋਬਸ ਪਾਉਣ ਦੀ ਬਜਾਏ ਉਹ ਸਾਨੂੰ ਭੇਜ ਦਿੰਦੇ ਸੀ ਕਿ ਆਪ ਇਸ ਜੋਬ ਨੂੰ ਅਪਡੇਟ ਕਰੋ ਜਾਂ ਉੱਥੇ ਪਾਓ। ਸੋ ਦੇਖਦੇ ਦੇਖਦੇ ਅਸੀਂ ਨਾਲ ਫੇਸਬੁੱਕ ਪੇਜ ਨੂੰ ਪੁਸ਼ ਕੀਤਾ, ਅਸੀਂ ਉਹਨਾਂ ਦੀ ਨੌਕਰੀਆਂ ਫੇਸਬੁੱਕ ਪੇਜ 'ਤੇ ਪਾਉਣੀਆਂ ਸ਼ੁਰੂ ਕੀਤੀਆਂ। ਉੱਥੇ ਸਾਨੂੰ ਬਹੁਤ ਅੱਛਾ ਰਿਸਪੋਂਸ ਆਇਆ। ਦੇਖਦੇ ਦੇਖਦੇ ਸਾਡੇ ਕੋਲ ਬੱਚਿਆਂ ਦੇ ਟੈਸਟੀਮਨੀਜ਼ ਆਉਣੀ ਸ਼ੁਰੂ ਹੋਈਆਂ ਕਿ ਭਾਅ ਜੀ ਸਾਡੀ ਇੱਥੇ ਨੌਕਰੀ ਲੱਗੀ ਹੈ, ਸਾਡੀ ਜੋਬਸ ਫੋਰ ਸਿਕਸ ਕਾਰਨ ਇੱਥੇ ਲੱਗੀ ਹੈ। ਨਾਲ ਨਾਲ ਸਾਡੀ ਟੀਮ ਵੀ, ਸਾਡੇ ਬੱਚੇ ਜੁੜਦੇ ਗਏ, ਵੋਲੰਟੀਅਰਸ ਵੱਧਦੇ ਗਏ। ਕਰਦੇ 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 ਅੱਜ ਅਸੀਂ ਤਕਰੀਬਨ 150-200 ਬੱਚਾ ਇੰਪਲੋਏ ਕਰ ਚੁੱਕੇ ਹਾਂ, ਜਿਹੜਾ ਡਰਾਈਵਰ ਲੈਵਲ ਤੋਂ ਲੈ ਕੇ ਸੀਨੀਅਰ ਮੈਨੇਜਰ ਮੈਨੇਜਰ ਲੈਵਲ ਤੱਕ ਲੱਗ ਚੁੱਕਾ ਹੈ। ਸਾਡੇ ਪਿੱਛੇ 2 ਬੱਚੇ ਲੱਗੇ ਹਨ ਐਸ ਏ ਸੇਲਸਮੈਨ, ਔਰ ਉਸੀ ਸਮੇਂ ਸਾਡਾ ਇੱਕ ਬੱਚਾ ਸੀਨੀਅਰ PHP ਡਿਵੈਲਪਰ ਵਡੋਦਰਾ 'ਚ ਲੱਗਿਆ, ਜਿਹਦਾ ਪੈਕੇਜ ਬਹੁਤ ਅੱਛਾ ਹੈ, ਤਕਰੀਬਨ 22-23 ਲੱਖ ਦਾ ਪੈਕੇਜ ਉਸ ਬੱਚੇ ਨੂੰ ਮਿਲਿਆ। ਪੁਨਪ੍ਰੀਤ ਜੀ, ਇੱਥੇ ਗੱਲ ਕਰਾਂਗੇ ਜੋਬਸ ਫੋਰ ਸਿਕਸ ਦੀ ਸ਼ੁਰੂਆਤ ਕਿਹੜੇ ਸਾਲ 'ਚ ਹੋਈ ਔਰ ਕਿਸ ਤਰੀਕੇ ਨਾਲ ਇਹਦਾ ਗ੍ਰਾਫ ਜਿਹੜਾ ਅੱਜ ਵੱਧਦਾ ਗਿਆ, ਅਤੇ ਤੁਸੀਂ ਸਿਰਫ ਦਿੱਲੀ ਤੱਕ ਨਹੀਂ ਸੀਮਿਤ ਹੋ, ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਜਾ ਕੇ ਆਪਣੇ ਕੈਂਪਸ ਲਗਾ ਰਹੇ ਹੋ, ਅਤੇ ਸ਼ੁਰੂਆਤ ਜਿਹੜੀ ਹੈ ਉਹ ਕਦ ਹੋਈ ਔਰ ਕਿਸ ਸੋਚ ਨਾਲ ਹੋਈ? ਸ਼ੁਰੂਆਤ ਸਾਡੀ ਹੋਈ ਜੀ 19 ਨਵੰਬਰ 2017 ਵਿੱਚ, ਪਿਛਲੇ ਸਾਲ। ਔਰ ਸੋਚ ਇਹ ਸੀ ਕਿ ਅਸੀਂ ਬੱਚਿਆਂ ਨੂੰ ਇੱਕ ਜੋਬ ਪਲੈਟਫਾਰਮ ਦੇਈਏ ਜਿੱਥੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਹੈ, ਕਿਉਂਕਿ ਕੰਸਲਟੈਂਟਸ ਕੋਲ ਜਦੋਂ ਜਾਂਦੇ ਨੇ, ਕੰਸਲਟੈਂਟ ਨੇ ਕਿਉਂਕਿ ਅੱਗੋਂ ਪੈਸੇ ਲੈਣੇ ਹੁੰਦੇ ਨੇ, ਉਹ ਰਿਜ਼ਿਊਮੇਸ ਫੋਰਵਰਡ ਕਰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਇਸ ਦੇ ਉੱਤੇ ਬੱਚੇ ਨਿਕਲ ਸਕਦੇ ਨੇ ਔਰ ਉਹਨਾਂ ਦਾ ਟਿਕਣਗੇ। ਅਸੀਂ ਚਾਹੁੰਦੇ ਸਾਂ ਕਿ ਇੱਕ ਇਕੁਅਲ ਪਲੈਟਫਾਰਮ ਦੇਈਏ ਜਿੱਥੇ ਕੋਈ ਵੀ ਅਪਲਾਈ ਕਰ ਸਕੇ, ਔਰ ਜਦੋਂ ਅਪਲਾਈ ਕਰੇ ਉਹਦੇ ਨਾਲ ਐਵੇਂ ਕਿ ਉਹਨੂੰ ਇਹ ਨਾ ਲੱਗੇ ਕਿ ਮੇਰੀ ਐਜੂਕੇਸ਼ਨ ਘੱਟ ਹੈ ਜਾਂ ਕੁਝ ਹੈ ਤਾਂ ਮੈਨੂੰ ਮਿਲੀ ਨਹੀਂ। ਹੁਣ ਹੁੰਦਾ ਕੀ ਹੈ ਕਿ ਜਦੋਂ ਬੱਚਾ ਰਿਜ਼ਿਊਮੇ ਪਾਉਂਦਾ ਜਾਂ ਕੋਈ ਜੋਬ ਪਾਉਂਦਾ ਹੈ, ਉਸ ਪ੍ਰੋਫਾਈਲ ਨੂੰ ਦੇਖ ਕੇ ਜੋਬ ਲਈ ਅਪਲਾਈ ਕਰਦਾ, ਫਿਰ ਇੰਪਲੋਇਰ ਦੇ ਉੱਤੇ ਰਹਿ ਜਾਂਦਾ ਕਿ ਉਹ ਕਿਹੜੇ ਬੱਚੇ ਨੂੰ ਆਪਣੇ ਕੋਲ ਰਿਕਰੂਟ ਕਰੇ। ਇਸ ਨੂੰ ਦੇਖਦੇ ਹੋਏ ਅਸੀਂ ਸ਼ੁਰੂ ਕੀਤਾ, ਕਰਦੇ 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 ਆ ਤਕਰੀਬਨ ਸਾਡਾ 25-30 ਹਜ਼ਾਰ ਫੋਲੋਅਰ ਹੈ ਅਲੱਗ ਅਲੱਗ ਸੋਸ਼ਲ ਪਲੈਟਫਾਰਮਸ 'ਤੇ, ਔਰ ਅਸੀਂ ਤਕਰੀਬਨ 35-40 ਕੈਂਪਸ ਲਗਾ ਚੁੱਕੇ ਹਾਂ ਇਸ ਸਾਲ ਦੇ ਵਿੱਚ ਤਕਰੀਬਨ ਹਜੇ ਤੱਕ, ਜਿਹਦੇ 'ਚ ਸ਼੍ਰੀਨਗਰ ਹੈਗਾ ਆਪਦਾ, ਅਸੀਂ ਪਿੱਛੇ ਹੁਣ ਉੜੀਸਾ ਲਗਾ ਕੇ ਆਏ ਹਾਂ, ਭੁਵਨੇਸ਼ਵਰ ਸੀ, ਕਟਕ ਸੀ, ਰਾਂਚੀ ਲਗਾਇਆ ਹੈ, ਹੁਣ ਗਵਾਲੀਅਰ ਲਗਾ ਕੇ ਆਏ ਹਾਂ, ਹੁਣ ਲੁਧਿਆਣੇ ਲੱਗਣ ਜਾ ਰਿਹਾ ਹੈ, ਹਜ਼ੂਰ ਸਾਹਿਬ, ਪੌਂਟਾ ਸਾਹਿਬ, ਹਿਮਾਚਲ ਦੇ 3 ਡਿਸਟ੍ਰਿਕਟ, ਮੁੰਬਈ ਸਾਡੇ 2 ਜਾਂ 3 ਕੈਂਪ ਲੱਗ ਚੁੱਕੇ ਹਨ, ਪੁਣੇ ਸਾਡਾ ਕੈਂਪ ਲੱਗ ਚੁੱਕੇ ਹਨ,
ਸੋ ਸਲੋਲੀ ਐਂਡ ਗ੍ਰੈਜੂਅਲੀ ਅਸੀਂ ਇਹਨੂੰ ਵਧਾ ਰਹੇ ਹਾਂ। ਨਾਲ ਹੀ ਇੱਥੇ ਅਸੀਂ ਇਹ ਵੀ ਸ਼ੇਅਰ ਕਰਨਾ ਚਾਹਾਂਗੇ ਕਿ ਐਸ ਜੀ ਪੀ ਸੀ ਨਾਲ ਸਾਡੀ ਗੱਲ ਹੋਈ, ਉਹਨਾਂ ਤੋਂ ਸਾਨੂੰ 6 ਕਾਲਜਿਸ 'ਚ ਕੈਂਪ ਲਗਾਉਣ ਲਈ ਪਰਮਿਸ਼ਨ ਦਿੱਤੀ ਹੈ। ਅਸੀਂ ਪ੍ਰਧਾਨ ਸਾਹਿਬ ਦੇ ਬੜੇ ਆਭਾਰੀ ਹਾਂ ਅਤੇ ਬਸ ਹੁਣ ਡੇਟਸ ਦਾ ਫਾਈਨਲ ਕਰਨਾ ਹੈ ਅਤੇ ਸਲੋਲੀ ਐਂਡ ਗ੍ਰੈਜੂਅਲੀ ਅਸੀਂ ਕਾਲਜਿਸ 'ਚ ਵੀ ਜਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਅਸੀਂ ਇਹ ਗਾਈਡ ਕਰ ਸਕੀਏ ਕਿ ਕੱਲ੍ਹ ਦੀ ਡੇਟ ਵਿੱਚ ਜਦੋਂ ਕਾਲਜ ਤੋਂ ਨਿਕਲਣ ਜਾਂ ਕਾਲਜ 'ਚ ਜਦੋਂ ਜਾ ਰਹੇ ਤਾਂ ਉਹਨਾਂ ਕੋਲ ਕੀ ਆਪਸ਼ਨਸ ਹੋਣਗੀਆਂ। ਪੁਨਪ੍ਰੀਤ ਜੀ, ਇੱਥੇ ਗੱਲ ਕਰੀਏ ਕਿ ਤੁਸੀਂ ਇਕੱਲੇ ਨਹੀਂ ਹੋ ਜੋਬਸ ਵਾਸਤੇ, ਇੱਕ ਸੋਚ ਤੁਹਾਡੀ ਜ਼ਰੂਰ ਹੈ ਲੇਕਿਨ ਤੁਹਾਡੇ ਨਾਲ ਇੱਕ ਟਾਸਕ ਫੋਰਸ, ਇੱਕ ਟੀਮ ਵਰਕ, ਕੀ ਉਹ ਟੀਮ ਵਰਕ ਜੋ ਜੋ ਹੈਗਾ ਕਿ ਉਹ ਆਪਣੀ ਵੀ ਜੋਬ ਕਿੱਥੇ ਕਰ ਰਹੇ ਨੇ ਜਾਂ ਪੂਰਾ ਡਿਵੋਟੀ ਨੇ ਇਸ ਪ੍ਰੋਗਰਾਮ ਵਾਸਤੇ? ਸਾਡੇ ਕੋਲ ਜਿੰਨੇ ਬੱਚੇ ਨਾਲ ਲੱਗੇ ਹੋਏ ਨੇ ਸਾਰੇ ਕਰੋਪਰੇਟ ਵਰਲਡ ਨੂੰ ਬਿਲੋਂਗ ਕਰਦੇ ਨੇ, ਸਾਰੇ ਬੜੇ ਅੱਛੀ ਜੋਬਸ ਕਰਦੇ ਨੇ, ਸਿਰਫ ਜੋਬਸ ਕਰਦੇ ਹੀ ਨਹੀਂ ਨੇ, ਜੋਬਸ ਪ੍ਰੋਵਾਈਡ ਵੀ ਕਰਦੇ ਨੇ। ਔਰ ਕਈ ਉਹਨਾਂ ਵਿੱਚ ਐਸੇ ਵੀ ਨੇ ਜੋ ਅੱਛੇ ਸਕੂਲਸ ਵਿੱਚ ਲੈਕਚਰਾਰਸ ਨੇ, ਟੀਚਰਸ ਨੇ, ਕਾਲਜਿਸ ਵਿੱਚ ਨੇ, ਸੋ ਉੱਥੋਂ ਵੀ ਸਾਨੂੰ ਸਕਿੱਲ ਡਿਵੈਲਪਮੈਂਟ ਦਾ ਜਾਂ ਕਿਹੜੇ ਨਵੇਂ ਕੋਰਸਿਸ ਆ ਰਹੇ ਨੇ ਉਹਦੀ ਐਜੂਕੇਸ਼ਨ ਸਾਨੂੰ ਵੀ ਮਿਲਦੀ ਰਹਿੰਦੀ ਹੈ। ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਹਾਂ, ਅਸੀਂ ਅੱਗੇ ਬੱਚਿਆਂ ਨੂੰ ਤਾਂ ਦੱਸ ਪਾਉਂਦੇ ਹਾਂ, ਬਟ ਜਿੰਨੀ ਸਾਡੀ ਇਸ ਸਮੇਂ ਬੱਚੇ ਸਾਡੇ ਨਾਲ ਹੈਗੇ ਆ, ਮੈਂ ਕਹਾਂਗਾ ਕਿ ਇਹ ਸਾਡੀ ਰੀੜ੍ਹ ਦੀ ਹੱਡੀ ਨੇ, ਮੈਂ ਸਿਰਫ ਫੇਸ ਹਾਂ, ਬਟ ਜੋ ਕੰਮ ਕਰਦੇ ਨੇ ਉਹ ਮੇਰੀ ਇਹ ਟੀਮ ਕਰਦੀ ਹੈ। ਔਰ ਨਿਸ਼ਕਾਮ ਟੀਮ ਕੰਮ ਕਰਦੀ ਹੈ, ਨਾ ਇਹਨਾਂ ਨੇ ਕਦੀ ਨਾਮ ਮੰਗਣਾ, ਨਾ ਪੈਸਾ ਮੰਗਣਾ ਹੈ, ਔਰ ਇਹ ਲੜ ਰਹੇ ਹੁੰਦੇ ਨੇ ਕਿ ਅਸੀਂ ਕੈਂਪ ਕਿਹੜਾ ਕੌਣ ਜਾਏਗਾ ਅਤੇ ਕੌਣ ਨਹੀਂ ਜਾਏਗਾ। ਸੋ ਗੁਰੂ ਪਾਤਸ਼ਾਹ ਦੇ ਬੜੀ ਰਹਿਮਤ, ਇੱਕ ਫੈਮਿਲੀ ਵਰਕ ਮੈਂ ਸਾਰੇ ਲੱਗੇ ਹੋਏ, ਭਾਵੇਂ ਉਹ IT ਇੰਡਸਟਰੀ ਹੋਵੇ, ਭਾਵੇਂ ਮੈਨੇਜਮੈਂਟ ਹੋਵੇ, ਮੀਡੀਆ ਹੋਵੇ ਜਾਂ ਹੋਟਲ ਇੰਡਸਟਰੀ, ਕੋਈ ਹਰ ਖੇਤਰ 'ਚ ਤੁਸੀਂ ਜਿਹੜਾ ਬੱਚਿਆਂ ਦੀ ਪਲੇਸਮੈਂਟ ਕਰਦੇ ਹੋ ਅਤੇ ਉਹ ਲੋਕ ਤੁਹਾਨੂੰ ਜਿਹੜੇ ਮੇਨ ਕੰਪਨੀਜ਼ ਨੇ ਉਹ ਤੁਹਾਡੇ ਨਾਲ ਕਿਵੇਂ ਇੰਗੇਜ ਹੁੰਦੀਆਂ ਨੇ, ਕਿਵੇਂ ਤੁਹਾਨੂੰ ਕੰਟੈਕਟ ਕਰਦੀਆਂ ਨੇ? ਸਾਨੂੰ ਇੱਕ ਇਸ਼ੂ ਆਉਂਦਾ ਹੈ ਬਿਕੋਜ਼ ਕਿਉਂਕਿ ਨਾਮ ਸਾਡਾ ਜੋਬਸ ਫੋਰ ਸਿਕਸ ਹੈ ਅਤੇ ਉਹਨਾਂ ਨੂੰ ਕਿੱਥੇ ਨਾ ਕਿੱਥੇ ਲੱਗਦਾ ਕਿ ਕੌਮਟੀਲੀ ਅਸੀਂ ਕਰ ਰਹੇ ਹਾਂ, ਬਟ ਜਦੋਂ ਅਸੀਂ ਉਹਨਾਂ ਨੂੰ ਸਾਰਾ ਡਿਜ਼ਾਇਨ ਦੱਸਦੇ ਹਾਂ ਕਿ ਅਸੀਂ ਇੰਝ ਵਰਕਆਊਟ ਕਰਦੇ ਹਾਂ, ਟੈਸਟੀਮਨੀਜ਼ ਦਿਖਾਈਦਾ ਜਾਂ ਜਦੋਂ ਸਾਡਾ ਸਾਰਾ ਪ੍ਰੋਫਾਈਲ ਦੇਖਦੇ ਨੇ ਵੈਬਸਾਈਟ ਜਾ ਕੇ, ਉੱਥੇ ਇਹ ਹੁੰਦਾ ਕਿ ਐਟ ਦਾ ਮੂਮੈਂਟ ਜਦੋਂ ਬੱਚੇ ਦੇਖ ਰਹੇ ਹੁੰਦੇ ਨੇ ਕਿ ਇੰਜ ਹੈ, ਔਰ ਕੰਪਨੀਜ਼ ਨੂੰ ਅਸੀਂ ਟਾਈਅਪ ਕਰੀਏ, ਕੰਪਨੀਜ਼ ਨਾਲ ਟਾਈਅਪ ਕਰਨ ਦਾ ਇਹ ਹੁੰਦਾ ਅਸੀਂ ਜਾ ਕੇ ਉਹਨਾਂ ਨੂੰ ਮਿਲ ਲਈਦਾ, ਉਹਨਾਂ ਨੂੰ ਸਮਝਾਈਦਾ। ਸਾਡੇ ਨਾਲ 5-6 ਅਸੀਂ ਕੰਪਨੀਜ਼ ਹੈ, ਜਿਵੇਂ ਪਿੰਡ ਬਲੂਚੀ ਹੋ ਗਏ, ਆਪਦੇ ਗਿਆਨੀਸ ਨਾਲ ਸਾਡੇ ਬੱਚੇ ਲੱਗੇ ਨੇ, ਫਿਰ ਸ਼ੋਪਸ ਕਈ ਹੈਗੀਆਂ ਉੱਥੇ ਲੱਗੇ ਨੇ, ਸਾਡਾ ਰੈਡੀਕਲ ਮਾਈਂਡਸ ਹੈਗੇ ਕਾਲ ਸੈਂਟਰ ਉਹਨਾਂ ਨਾਲ ਹੈਗਾ, ਐਂਡ ਐਵੇਂ ਹੀ ਕਈ ਹੋਰ ਕੰਪਨੀਜ਼ ਹੈਗੀਆਂ ਜਿਨ੍ਹਾਂ ਨਾਲ ਸਾਡਾ ਟਾਈਅਪ ਹੈਗਾ, renewbuy.com ਵਾਲੇ ਸਾਡੀ ਸਪੋਰਟ ਕਰਦੇ ਨੇ, ਕਈ ਐਸੇ ਨੇ ਜਿੱਥੇ ਸਾਡੇ ਬੱਚੇ ਪਲੇਸ ਹੁੰਦੇ ਨੇ। ਬਟ ਹੁਣ ਅਸੀਂ ਇਹ ਕਰਦੇ ਪਏ ਹਾਂ ਕਿ ਜਿਹੜੇ ਸਾਡੇ ਬੱਚੇ, ਇੱਕ ਮੈਂ ਆਪ ਨਾਲ ਇਗਜ਼ਾਮਪਲ ਸ਼ੇਅਰ ਕਰਨਾ ਚਾਹਾਂਗਾ, ਸਾਡੇ ਕੋਲ ਇੱਕ ਬੱਚਾ ਸਾਡੇ ਥਰੂ ਪਲੇਸ ਹੋਇਆ ਸੀ ਇੰਸ਼ੋਰੈਂਸ ਇੰਡਸਟਰੀਜ਼, ਔਰ ਉਸ ਬੱਚੇ ਨੇ ਅੱਜ ਸਾਡੇ ਤਕਰੀਬਨ 25 ਅੱਗੇ ਬੱਚੇ ਇੰਪਲੋਏ ਕਰਾਏ ਨੇ। ਸੋ ਉਹ ਖੁਦ ਇੰਪਲੋਏ ਹੋਇਆ, ਔਰ ਅਸੀਂ ਬੰਗਲਾ ਸਭ ਕੈਂਪ ਲਾਇਆ ਹੋਇਆ ਸੀ ਅਤੇ ਉਹ ਸੱਜਣ ਸਾਨੂੰ ਆ ਕੇ ਮਿਲੇ ਅਤੇ ਮੈਨੂੰ ਆ ਕੇ ਕਹਿੰਦੇ, ਵੀਰ ਜੀ ਇੰਜ ਮੈਂ ਤਾਂ ਆਪ ਨੂੰ ਮਿਲਿਆ ਸੀ ਔਰ ਮੇਰੀ ਜੋਬ ਲੱਗੀ ਹੈ ਅਤੇ ਮੇਰੇ ਕੋਲ 17 ਜਾਂ 20 ਓਪਨਿੰਗਸ ਹੈਗੀਆਂ, ਐਂਡ ਕਰਦੇ ਕਰਦੇ ਉਹਨਾਂ ਨੇ ਸਾਡੇ 20 ਜਾਂ 25 ਬੱਚੇ ਇੰਪਲੋਏ ਕੀਤੇ। ਸੋ ਇਸ ਤਰੀਕੇ ਚੇਨ ਵਰਕ ਬਣਦੀ ਪਈ। ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜੇ ਬੱਚੇ ਨੌਕਰੀਆਂ ਆਲਰੇਡੀ ਕਰ ਰਹੇ ਨੇ, ਇੰਟਰਨਲ ਪੋਸਟਿੰਗਸ ਆਉਂਦੀਆਂ ਹਨ, ਉਹਨਾਂ ਨੂੰ ਰੈਫਰਲ ਮਿਲਦਾ, ਅਤੇ ਜੇ ਉਹ ਇਹ ਦੇਖਦੇ ਨੇ ਕਿ ਵੀ ਇਹ ਨੌਕਰੀ ਮੇਰੇ ਮਤਲਬ ਦੀ ਨਹੀਂ, ਤਾਂ ਉਹ ਇਹੀ ਜੋਬਸ ਚੁੱਕ ਕੇ ਆਪਣੇ ਸੋਸ਼ਲ ਮੀਡੀਆ ਗਰੁੱਪਸ ਵਿੱਚ ਸ਼ੇਅਰ ਕਰ ਸਕਦੇ ਨੇ। ਅਸੀਂ ਫੇਕ ਨਿਊਜ਼ 'ਤੇ ਇੰਨਾ ਜ਼ੋਰ ਮਾਰਦੇ ਹਾਂ, ਨੈਗੇਟਿਵ ਨਿਊਜ਼ 'ਤੇ ਇੰਨਾ ਜ਼ੋਰ ਕਰਦੇ ਹਾਂ, ਕਿਉਂ ਨਾ ਅਸੀਂ ਇਹਨੂੰ ਸੋਚ ਲੈ ਕੇ ਚੱਲੀਏ ਕਿ ਜੇ ਅਸੀਂ ਇਹ ਨੌਕਰੀਆਂ ਜਾਂ ਜੋਬ ਓਪਨਿੰਗਸ ਆਪਣੇ ਗਰੁੱਪਸ ਸ਼ੇਅਰ ਕਰੀਏ ਤਾਂ ਕੋਈ ਨਾ ਕੋਈ ਸਾਡਾ ਵੀਰ, ਕੋਈ ਨਾ ਕੋਈ ਸਾਡੀ ਭੈਣ ਇੰਪਲੋਈ ਹੋ ਸਕਦੀ ਹੈ। ਮੇਨਲੀ ਅਗਰ ਕਿਹਾ ਜਾਏ ਕਿ ਹਰ ਕੰਮ ਦੇ ਵਿੱਚ ਮਿਡਲ ਮੈਨ ਹੁੰਦਾ ਹੈ, ਵਿਚੋਲੀਏ ਹੁੰਦੇ ਹੈ, ਤੁਸੀਂ ਉਹ ਕੰਸਲਟਿੰਗ ਕੰਪਨੀਜ਼ ਤੋਂ ਪਰੇ ਹਟ ਕੇ ਆਪਣੇ ਇੱਕ ਨੋਬਲ ਕੌਜ਼ ਵਾਸਤੇ ਇੱਕ ਮਿਡਲ ਮੈਨ ਬਣ ਕੇ ਉੱਭਰ ਰਹੇ ਹੋ, ਉਹਦੇ ਬਾਰੇ ਸਾਨੂੰ ਦੱਸੋ। ਅਸੀਂ ਮਿਡਲ ਮੈਨ ਵੀ ਜਿਹੜਾ ਬਣਦੇ ਪਏ ਹਾਂ, ਇੱਕ ਸਟੇਜ ਤੱਕ ਬਣ ਰਹੇ ਹਾਂ। ਸਾਡੀ ਸਟੇਜ ਇੱਥੇ ਤੱਕ ਆਉਂਦੀ ਹੈ ਜਿੱਥੇ ਤੱਕ ਅਸੀਂ ਉਸ ਬੱਚੇ ਨੂੰ ਅਵੇਅਰ ਕਰ ਦਈਏ ਕਿ ਇਹ ਸਾਡੀ ਵੈਬਸਾਈਟ ਹੈ, ਇਹ ਸਾਡਾ ਫੇਸਬੁੱਕ ਪੇਜ ਹੈ। ਐਵੇਂ ਹੀ ਅਸੀਂ ਇੰਪਲੋਇਰਸ ਨੂੰ ਇਹ ਦੱਸ ਦਿੰਦੇ ਹਾਂ ਕਿ ਵੀ ਤੁਸੀਂ www.jobsforsix.com 'ਤੇ ਜਾ ਕੇ ਜੋਬਸ ਪਾ ਸਕਦੇ ਹੋ, ਉੱਥੇ ਆ ਕੇ ਬੱਚਾ ਤੁਹਾਨੂੰ ਦੇਖੇਗਾ। ਬਸ ਇੱਥੇ ਤੱਕ ਸਾਡਾ ਰੋਲ ਹੁੰਦਾ, ਉਸ ਤੋਂ ਬਾਅਦ ਇਹ ਡਾਇਰੈਕਟ ਹੋ ਜਾਂਦਾ ਕਿਉਂਕਿ ਉਹਨਾਂ ਦੇ ਇੰਪਲੋਇਰਸ ਦੇ ਕੰਟੈਕਟ ਡਿਟੇਲਸ ਦਿੱਤੇ ਹੁੰਦੇ ਨੇ, ਬੱਚਾ ਡਾਇਰੈਕਟ ਕਾਲ ਕਰਦਾ, ਉਸ ਤੋਂ ਬਾਅਦ ਉਹਨਾਂ ਦੀ ਡਾਇਰੈਕਟ ਡੀਲਿੰਗ ਹੈ, ਸਾਡਾ ਕੋਈ ਰੋਲ ਨਹੀਂ ਰਹਿ ਜਾਂਦਾ, ਅਸੀਂ ਆਪਣੇ ਆਪ ਨੂੰ ਆਊਟ ਕਰ ਜਾਂਦੇ ਹਾਂ। ਸਾਡਾ ਮੇਨ ਮਕਸਦ ਹੀ ਇਹ ਸੀ ਕਿ ਥਰਡ ਪਾਰਟੀ ਵਿੱਚ ਹੋਣੀ ਨਹੀਂ ਚਾਹੀਦੀ। ਇੱਥੇ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਵੇਖਦੇ ਰਹੋ ਫਤਿਹ TV। ਬ੍ਰੇਕ ਤੋਂ ਵਾਪਸ ਆਉਣ ਤੋਂ ਬਾਅਦ ਜਾਣਾਂਗੇ ਕਿ ਅੱਗੇ ਹੋਰ ਕਿੰਨੇ ਇਹੋ ਜਿਹੇ ਅਪੁਆਇੰਟਮੈਂਟਸ ਨੇ ਜਿਹੜੇ ਜੋਬ ਫੋਰ ਸਿਕਸ ਨੇ ਜਾਂ ਨੈਟਵਰਕਿੰਗ ਫੋਰ ਸਿਕਸ, ਇੱਕ ਕਿਹੜੀ ਇਹੋ ਜਿਹੀ ਬ੍ਰਾਂਚ ਹੈ ਉਹਦੇ ਬਾਰੇ ਤੁਹਾਨੂੰ ਨਵੀਂ ਜਾਣਕਾਰੀ ਦੇਵਾਂਗੇ। ਤੁਸੀਂ ਵੇਖਦੇ ਰਹੋ ਫਤਿਹ TV।